ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਦੀ ਛੋਲਿਆਂ ਦੀ ਦਾਲ ਵਾਲੀ ਆਲੂ ਦੀ ਟਿੱਕੀ। ਉਹਦੇ ਲਈ ਅਸੀਂ ਇਹ ਦਾਲ ਜਿਹੜੀ ਆ ਪਹਿਲੋਂ ਅਸੀਂ ਬੋਇਲ ਕਰਕੇ ਰੱਖ ਲਈ ਹੋਈ ਆ। ਇਹ ਤੁਸੀਂ ਇਹਨੂੰ ਬਹੁਤੀ ਜਿਹੜੀ ਆ ਬਹੁਤ ਜ਼ਿਆਦਾ ਨਹੀਂ ਪਕਾਉਣੀ, ਜਿਸ ਤਰ੍ਹਾਂ ਇਹ ਹੱਥ ਦੇ ਨਾਲ ਹੱਥ ਦੇ ਨਾਲ ਜਿਹੜੀ ਇਹ ਮਸਲੀ ਜਾ ਰਹੀ ਹੈ ਖੜੀ ਖੜੀ ਆ, ਬਹੁਤੀ ਜ਼ਿਆਦਾ ਨਹੀਂ ਬੋਇਲ ਕੀਤੀ। ਇੱਕ ਜਾਂ ਦੋ ਵਿਸਲ ਦੀ ਜਿਹੜੀ ਆ ਦੋ ਵਿਸਲ ਕਰਾ ਕੇ ਤੈਨੂੰ ਤੁਸੀਂ ਇਸ ਤਰ੍ਹਾਂ ਕੱਢ ਸਕਦੇ ਜੇ, ਤਾਂ ਪਾਣੀ ਅਲੱਗ ਕਰ ਲਓ। ਅਤੇ ਇਹਦੇ ਵਿੱਚ ਅਸੀਂ ਹੁਣ ਇਹ ਅਸੀਂ ਆਲੂ ਲੈ ਲੈਣੇ ਅਤੇ ਇੱਧਰ ਧਨੀਆ ਆ। ਆਲੂ ਅਸੀਂ ਬੋਇਲ ਕਰ ਲਏ ਆ, ਇਹ ਆਲੂ ਜਿਹੜੇ ਅਸੀਂ ਬੋਇਲ ਕਰ ਲਏ ਹੋਏ ਆ। ਇਹਦੇ ਵਿੱਚ ਅਸੀਂ ਹੁਣ ਜਿਹੜਾ ਇਹ ਵਾਲਾ ਛੋਲਿਆਂ ਦੀ ਦਾਲ ਦਾ ਮਟੀਰੀਅਲ ਆ, ਇਹਦੇ 'ਚ ਅਸੀਂ ਥੋੜ੍ਹਾ ਜਿਹਾ ਅਦਰਕ ਪੇਸਟ ਪਾਵਾਂਗੇ। ਨਮਕ ਪਾਵਾਂਗੇ ਥੋੜ੍ਹਾ ਜਿਹਾ ਸਵਾਦ ਅਨੁਸਾਰ। ਰੈੱਡ ਚਿੱਲੀ ਪਾਊਡਰ ਪਾਵਾਂਗੇ। ਆਮਚੂਰ ਪਾਊਡਰ ਪਾਵਾਂਗੇ। ਥੋੜ੍ਹਾ ਜਿਹਾ ਗਰਮ ਮਸਾਲਾ ਪਾਵਾਂਗੇ। ਥੋੜ੍ਹੀ ਜਿਹੀ ਕਾਲੀ ਮਿਰਚ ਵਿੱਚ ਅਸੀਂ ਧਨੀਆ ਪਾ ਲਾਂਗੇ ਥੋੜ੍ਹਾ ਜਿਹਾ। ਸਾਰੇ ਨੂੰ ਮਿਕਸ ਕਰਕੇ ਰੱਖ ਲਾਂਗੇ। ਲੂਣ ਮਿਰਚ ਜਿਹੜਾ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ। ਹੁਣ ਅਸੀਂ ਆਲੂ ਜਿਹੜੇ ਉਹ ਮੈਸ਼ ਕਰ ਲੈਂਦੇ ਹਾਂ। ਆਲੂ ਚੰਗੀ ਤਰ੍ਹਾਂ ਮੈਸ਼ ਕਰਕੇ ਇਹਦੇ ਵਿੱਚ ਵੀ ਅਸੀਂ ਨਮਕ ਪਾਵਾਂਗੇ ਸਵਾਦ ਅਨੁਸਾਰ। ਆਮਚੂਰ ਪਾਊਡਰ, ਲਾਲ ਮਿਰਚ, ਅਤੇ ਬਾਇੰਡਿੰਗ ਲਈ ਜਿਹੜਾ ਆ ਅਸੀਂ ਇਹਦੇ 'ਚ ਚੌਲਾਂ ਦਾ ਆਟਾ ਪਾਵਾਂਗੇ। ਇਸ ਤਰ੍ਹਾਂ ਸਾਰੇ ਨੂੰ ਅਸੀਂ ਮਸਲ ਲਾਂਗੇ। ਆਲੂ ਜਿਹੜੇ ਬਿਲਕੁਲ ਫਾਈਨ ਉਹਦਾ ਪੇਸਟ ਬਣਾ ਲਾਂਗੇ। ਇਹ ਆਲੂ ਦੀ ਜਿਹੜੀ ਪਿੱਠੀ ਆ ਉਹ ਤਿਆਰ ਹੋ ਗਈ ਸਾਡੀ ਟਿੱਕੀ ਵਾਸਤੇ। ਅਸੀਂ ਪੈਨ 'ਚ ਤੇਲ ਪਾ ਲਾਂਗੇ, ਇੱਧਰ ਸ਼ੈਲੋ ਫਰਾਈ ਕਰਾਂਗੇ ਅਸੀਂ ਇਹਨੂੰ, ਬਹੁਤ ਜ਼ਿਆਦਾ ਤੇਲ ਨਹੀਂ ਲੈਣਾ। ਹੁਣ ਟਿੱਕੀ ਬਣਾ ਲਾਂਗੇ ਇਸ ਤਰ੍ਹਾਂ ਰੋਲ ਕਰਕੇ, ਇਸ ਤਰ੍ਹਾਂ ਇਹਨੂੰ ਹੱਥ 'ਤੇ ਫੁਲਾ ਲਾਂਗੇ। ਅਤੇ ਇਹਦੇ ਵਿੱਚ ਜਿਹੜਾ ਅਸੀਂ ਚਨਿਆਂ ਦੀ ਦਾਲ ਆ ਮਸਾਲਾ ਜਿਹੜਾ ਅਸੀਂ ਇਸ ਤਰ੍ਹਾਂ ਫਿਲ ਕਰ ਲਾਂਗੇ ਥੋੜ੍ਹਾ ਥੋੜ੍ਹਾ। ਇਹਦੀ ਫਾਈਨ ਅਸੀਂ ਟਿੱਕੀ ਤਿਆਰ ਕਰ ਲਾਂਗੇ। ਸਾਰੀਆਂ ਟਿੱਕੀਆਂ ਤਿਆਰ ਕਰ ਲਾਂਗੇ ਅਤੇ ਪੈਨ ਪਾਉਂਦੇ ਜਾਵਾਂਗੇ। ਇਸ ਤਰ੍ਹਾਂ ਅਸੀਂ ਸਾਰੀਆਂ ਟਿੱਕੀਆਂ ਹੁਣ ਬਣਾ ਕੇ ਹੌਲੀ ਹੌਲੀ ਵਿੱਚ ਪਾਉਂਦੇ ਜਾਵਾਂਗੇ। ਆਲੂਆਂ ਦੇ ਨਾਲ ਜਿਹੜੀ ਦਾਲ ਆ ਬਿਲਕੁਲ ਕਵਰ ਕਰਨੀ ਹੈ
ਚੜਾਲ ਚੌਲਾਂ ਦਾ ਆਟਾ ਅਸੀਂ ਨਾ ਬਾਈਂਡਿੰਗ ਲਈ ਪਾਇਆ, ਇਹਦੇ ਨਾਲ ਜਿਹੜੀ ਟਿੱਕੀ ਆ ਫਟਦੀ ਨਹੀਂ ਬਿਲਕੁਲ। ਅਸੀਂ ਇਹਨੂੰ ਚੈੱਕ ਕਰ ਲੈਂਦੇ ਹਾਂ ਜਿਹੜੀ ਸਭ ਤੋਂ ਪਹਿਲਾਂ ਪਾਈ ਸੀ, ਦੇਖੋ ਕਿੰਨਾ ਸੋਹਣਾ ਕਲਰ ਆ ਗਿਆ। ਇਸ ਤਰ੍ਹਾਂ ਕਰਦੇ ਹਾਂ ਅਸੀਂ ਸਾਰੀਆਂ ਜਿਹੜੀਆਂ ਟਿੱਕੀਆਂ ਹੌਲੀ ਹੌਲੀ ਸੇਕ ਲਾਂਗੇ। ਬਾਕੀ ਟਿੱਕੀਆਂ ਦੀ ਸਾਈਡ ਚੇਂਜ ਕਰਦੇ ਪਏ ਹਾਂ, ਦੇਖ ਲਓ ਕਿੰਨਾ ਸੋਹਣਾ ਸਾਰੀਆਂ ਦੇ ਕਲਰ ਆ ਗਿਆ। ਥੋੜੀ ਦੇਰ ਲਈ ਇਹਨਾਂ ਨੂੰ ਹੋਰ ਪਕਾਵਾਂਗੇ। ਸਾਈਡਾਂ ਤੋਂ ਥੋੜ੍ਹੀ ਜਿਹੀ ਰਹਿ ਗਈ ਜਿਹੜੀ, ਉਹਨੂੰ ਅਸੀਂ ਇਸ ਤਰ੍ਹਾਂ ਕਰਕੇ ਪਕਾਵਾਂਗੇ। ਰੈਡੀ ਨੇ, ਦੇਖੋ ਕਿੰਨੀਆਂ ਕ੍ਰਿਸਪੀ ਬਣੀਆਂ ਹੈ। ਜਦੋਂ ਅਸੀਂ ਚੌਲਾਂ ਦਾ ਆਟਾ ਪਾਉਂਦੇ ਹਾਂ ਉਹਦੇ ਨਾਲ ਬਹੁਤ ਕ੍ਰਿਸਪੀ ਬਣਦੀਆਂ ਨੇ, ਤੁਹਾਨੂੰ ਆਵਾਜ਼ ਸੁਣਦੀ ਹੋਏਗੀ। ਹੁਣ ਅਸੀਂ ਇਹਨੂੰ ਚਟਨੀ ਦੇ ਨਾਲ ਸਰਵ ਕਰ ਸਕਦੇ ਹਾਂ, ਕੋਈ ਵੀ ਚਟਨੀ ਤੁਸੀਂ ਲੈ ਸਕਦੇ ਜੇ। ਲਓ ਜੀ ਟਿੱਕੀ ਸਾਡੀ ਬਿਲਕੁਲ ਰੈਡੀ ਆ, ਦੇਖ ਲਓ ਇਹਦੀ ਆਵਾਜ਼, ਅਤੇ ਇਹ ਅਸੀਂ ਤੁਸੀਂ ਹੁਣ ਖਾ ਸਕਦੇ ਜੀ।